ये धरती सारे रामकोड़ की धरती है, साड़ी अपनी बिलावर की धरती है। ये तुम मेरे पिछे जी जगह दिखा ने ना, इतने हर साल की तरह इस साल भी जो स्पैशल शो होंगे कि जगह है रामलीला क्लब रामकोट। रामायण तो आती होती है, कदों की होती है, कदों की होती है, इसकी असें पूरी जानकारी भी तुसें दसनी है। लेकिन हर साल जो स्पैशल शो होंगे न बड़े दूरों दूरों जो क्लबा भी आदि किहड़े-किहड़े इलाके दी क्लबा आदि और किहड़े-किहड़े शो होंगे ने इतों के, मैं इतों के जो स्थानीय लोग नहीं। और सब तो बड़ी गल पता की है कि कोई भी क्लब चलाने हुए ना तो नुहाड़े यूथ भी बड़ा जरूरी होंगे। लेकिन जो पुराने कलाकार होंगे ना तो उनकी भी बड़ी यानी ज्यादा भूमिका होती, क्योंकि पुराने कलाकार इस स्टेज उपर निकली है अगे गए होंगे और नवा कलाकार मौका मिलता। मेरे कहने इस वे स्थानीय लोग भी मौजूद न। सर बड़ा बड़ा शुक्रिया। सर शुक्रिया ਦਾਦਾ ਨਿਪੂ ਵਰਮਾ ਦਾ, ਸਭ ਤੋਂ ਜ਼ਿਆਦਾ ਸ਼ੁਕਰੀਆ ਕਰਦੇ ਹਾਂ ਸਾਰੇ। ਸਰ ਇੱਕ ਗੱਲ ਸੁਣਾਓ, ਜਿਹੜੀ ਇਹ ਕਲੱਬ ਹੈ ਜਿਹੜੀ ਰਾਮਕੋਟ ਦੀ, ਇਹ ਕਿੰਨਾ ਚਿਰ ਪੁਰਾਣੀ ਕਲੱਬ ਹੈ ਭਲਾ? ਇਹ ਜਿਹੜੀ ਪਹਿਲੇ ਦੇ ਨੁੱਕੜ ਨਾਟਕ ਹੁੰਦੇ ਰਹੇ ਸਟੇਜ ਉੱਪਰ, ਜਿਹੜਾ ਨਾਟਕ ਹੋਇਆ ਪਹਿਲੇ ਵਾਰੀ ਰਮਾਇਣ, ਜਿਹੜੇ ਸਾਰੇ ਗਰਾਂ ਦੇ ਲੋਕ ਨੇ ਜਿਹੜੇ, ਚਲੋ ਸਿਟੀ ਦੇ ਲੋਕ ਦੇ ਹਨ, ਗਰਾਂ ਦੇ ਲੋਕ ਜਿਹੜੇ, ਇਹਨੇ ਨੁੱਕੜ ਨਾਟਕ ਦੇ ਬਾਰੇ ਪਤਾ ਨਹੀਂ। ਨੁੱਕੜ ਨਾਟਕ ਹੈ ਕੀ ਹੈ, ਇਸ ਦੇ ਬਾਰੇ ਥੋੜ੍ਹੀ ਜਿਹੀ ਡਿਟੇਲ ਸੁਣਾਓ। ਬਿਨਾਂ ਸਟੇਜ ਦਾ ਓਪਨ 'ਚ ਜਿਸਲਾ ਕੋਈ ਚੀਜ਼ ਕਰਾ ਹੈ, ਖੁੱਲ੍ਹੀ ਜਗ੍ਹਾ ਉੱਪਰ ਸਟੇਜ ਕੋਈ ਨਹੀਂ ਹੋਇਆ, ਕੋਈ ਸਟੇਜ ਨਹੀਂ, ਹਾਂ ਕੋਈ ਨਹੀਂ ਹੋਇਆ, ਉਸੇ ਅਸੀਂ ਨੁੱਕੜ ਨਾਟਕ ਆਖਦੇ। ਅਤੇ ਇਹ ਜਿਹੜਾ ਸਟੇਜ ਉੱਪਰ ਪਹਿਲੇ ਵਾਰੀ ਹੋਈ ਰਮਾਇਣ ਜਿਹੜੀ ਹੈ, ਉਹਦੇ ਕੋਲ ਪਹਿਲਾਂ ਕੋਈ ਆਖਦੀ ਇੱਥੇ ਆਖੀ ਗੁੜਸ਼ਾਲਾ ਜਾਂ ਕਈ ਛਾਵਣੀ ਪਹਿਲਾਂ ਉੱਥੇ ਕਰਦੇ ਰਹੇ। ਉਹਦੇ ਬਾਅਦ 1930 'ਚ ਇੱਥੇ ਬਾਹਰ ਦੇ ਕਲਾਕਾਰ ਆਏ, ਬੰਬੇ ਬਿੰਦਰਾਵਨ ਅਤੇ ਜੰਮੂ ਦੇ, ਉਹਨੇ ਇੱਥੇ ਨਾਟਕ ਖੇਲੇ। ਉਹਦੇ ਨਾਟਕ ਖੇਲਿਆ ਆਸਤੇ ਜਿਹੜੇ ਇੱਥੋਂ ਦੇ ਰਾਜੇ ਸੀ, ਉਹਨੇ ਸਪੈਸ਼ਲ ਪਰਦੇ ਡਿਜ਼ਾਇਨ ਕਰਾਏ। ਸਰ ਕਿੰਨਾ ਚਿਰ ਪਹਿਲਾਂ ਜਿਹੜੇ ਏਡੇ ਦੂਰੋਂ ਰੱਜ ਕੇ ਨਾਟਕ ਖੇਲਿਆ ਇਹ ਰਾਜੇ ਮਹਾਰਾਜੇ? ਉਹ 1930 'ਚ, 1930 ਵਿੱਚ, ਹਾਂ। ਇਹ ਜਿਹੜੇ ਇਹ ਪਰਦੇ ਜਿਹੜੇ ਬਣਦੇ ਸੀ ਨਾ ਸਾਰੇ, ਹੁਣ ਤਾਂ ਉਹਦੀ ਕਾਪੀ ਕੀਤੀ ਆ ਸਰ, ਕਿਉਂਕਿ ਫੇਟ ਹੋਈ ਹੈ, ਕਾਫੀ ਦੇਰ ਚੱਲੇ, 100 ਸਾਲ ਚੱਲੇ ਉਹ। ਲੇਕਿਨ ਪਹਿਲੇ ਕਲੱਬ ਕੱਚੀ ਸੀ, ਥੋੜ੍ਹਾ ਸਲਾਬਾ ਵਗੈਰਾ ਆਇਆ ਜਾਂ ਇੱਕ ਵਾਰੀ ਦੀਵਾਰ ਡਿੱਗੀ ਸੀ, ਉਸ ਕਾਰਨ ਥੋੜ੍ਹੇ ਖਰਾਬ ਹੁੰਦੀ। ਉਹਨੂੰ ਪਾਸੇ ਕਾਪੀ ਕੀਤੀ, ਸਾਡਾ ਹੀ ਮੁੰਡਾ ਵਿਸ਼ਾਲ ਸਿੰਘ ਟੀਚਰ ਹੈ, ਉਹ ਬਹੁਤ ਅੱਛਾ ਆਰਟਿਸਟ ਹੈ, ਉਹਨੇ ਇਹਦੀ ਸੇਮ ਕਾਪੀ ਕਰੀ ਹੈ, ਦੁਬਾਰਾ ਪਰਦੇ ਬਣਾਏ ਉਹ। ਇਹ ਪਰਦੇ ਰਾਜੇ ਪਹਿਲੇ ਬਣਾਏ ਸੀ 1930 'ਚ, ਬਿੰਦਰਾਵਨ ਅਤੇ ਬੰਬਈ ਦੇ ਜਿਹੜੇ ਆਰਟਿਸਟ ਆਏ ਉਹਨੇ ਆਪੂ ਬਣਾਏ। ਕਲਰ ਵੀ ਆਪਣੇ ਪ੍ਰਾਇਮਰੀ ਕਲਰ ਯੂਜ਼ ਕੀਤੇ ਆ, ਉਹਨੇ ਆਪੂ ਬਣਾਈ ਹੈ, ਕਲਰ ਵੀ ਆਪੂ ਬਣਾਏ, ਪੱਤੇ ਛੱਤੇ ਦੇ ਕੀ ਕੀ ਚੀਜ਼ਾਂ ਯੂਜ਼ ਕਰੀ ਹੈ, ਕਾਫੀ ਦੇਰ ਤੱਕ ਚੱਲੇ। ਸਰ ਕਲੱਬੇ ਦੀ ਗੱਲ ਕੀਤੀ ਜਾ ਤਾਂ ਇਸ ਕਲੱਬ ਦਾ, ਇਹ ਇਸ ਕਲੱਬੇ ਦੇ ਜਿਹੜੇ ਵੀ ਕਲਾਕਾਰ ਹੋਣ ਦਾ ਉਹਦਾ ਆਪਣਾ ਇੱਥੋਂ ਪਾਰਟੀਸਪੇਟ ਕਰਦੇ ਕਰਦੇ ਹੋਣ, ਲੇਕਿਨ ਬਾਹਰ ਹੀ ਜਿਹੜੀਆਂ ਕਲੱਬਾਂ ਆਉਂਦੀਆਂ ਤਾਂ ਉਹ ਕਿੰਨੀਆਂ ਕਲੱਬਾਂ ਇੱਥੇ ਆਜ ਤੱਕ ਕਰੀ ਹੋਈਆਂ, ਕਿਹੜੀ ਕਿਹੜੀ ਜਗ੍ਹਾ ਦਾ? ਮੁਗੇ ਡਿਸਟ੍ਰਿਕਟ ਕਠੂਆ ਦਾ, ਡਿਸਟ੍ਰਿਕਟ ਉਧਮਪੁਰ, ਡਿਸਟ੍ਰਿਕਟ ਜੰਮੂ, ਸਾਂਬਾ, ਇਹ ਤਿੰਨ ਚਾਰ ਡਿਸਟ੍ਰਿਕਟ ਨੇ ਜਿੱਦੀ ਇੱਕ ਦੋ ਕਲੱਬ, ਅੱਜ 6 ਕਲੱਬ ਕੋਲ ਜ਼ਿਆਦਾ ਕਲੱਬਾਂ ਨਹੀਂ ਲੈਣੇ, ਕਿ ਇੱਕ ਦਿਨ 'ਚ 6 ਕਲੱਬ 6 ਚੀਨ ਹੋਈ ਸਕਦੇ, ਕੋਈ ਵੱਧ ਨਹੀਂ ਹੁੰਦੇ। ਹੁਣ ਵੀ ਇਸ ਵੇਲੇ 4 ਸਾਡੀਆਂ ਟੋਟਲ ਫਾਈਨਲ ਹੋਈ ਦੀਆਂ, 2 ਕਲੱਬਾਂ ਬਚੀ ਦੀਆਂ, ਹਾਲੀ 22 ਤਰੀਕ ਬੜੇ ਦਿਨ। ਹੁਣ ਜਿਹੜੀਆਂ 2 ਪਹਿਲੇ ਜੈਸ ਕਰਨਗੇ, ਆਪਣੀ ਕੰਜੈਂਟ ਭੇਜਣ ਕਿ ਸਾਡਾ ਇਹ ਸੀਨ ਹੈ, ਉਹੇ ਫਾਈਨਲ ਹੈ, ਉਹਦੇ ਬਾਅਦ 7ਵੀਂ ਕਲੱਬ ਕੋਈ ਨਹੀਂ ਹੋਣੀ ਹੈ, 6 ਹੋਣੀਆਂ ਫਸਟ ਕਮ ਫਸਟ। ਅਤੇ 2 ਇਸ ਵੇਲੇ ਜੰਮੂ ਡਿਸਟ੍ਰਿਕਟ ਦੀਆਂ, 2 ਸਾਂਬਾ ਦੀਆਂ, ਅਤੇ ਸ਼ਾਇਦ 2 ਕਠੂਆ ਦੀਆਂ ਵੀ ਹੋਈ ਜਾਣ। ਠੀਕ ਠੀਕ, ਸ਼ੁਕਰੀਆ। ਮੇਰੇ ਕੰਨ ਹੋਰ ਵੀ ਇਸ ਵੇਲੇ ਯੂਥ ਮੌਜੂਦ ਨੇ। ਸਰ ਕੀ ਨਾਮ ਤੁਹਾਡਾ? ਸਰ ਮੇਰਾ ਨਾਮ ਪ੍ਰਦੀਪ ਖੁਜੀ ਆ। ਸਰ ਕਦੀਆ ਲੱਗਦਾ ਕਿ ਜਿਸ ਵੇਲੇ ਆਪਣੇ ਲੋਕਲ ਜਿਸਲੇ ਰਾਮਕੋਟ ਜਾਂ ਬਿਲਾਵਰੀਆਂ ਕਠੂਆ ਵਿੱਚ ਜਿਸਲੇ ਕਲੱਬਾਂ ਵਿੱਚ ਜਿਸਲੇ ਯੂਥ ਕੀ ਇੱਕ ਟੈਲੈਂਟ ਦਾ ਇੱਕ ਮੌਕਾ ਮਿਲਦਾ ਤਾਂ ਉਸ ਵੇਲੇ ਕਦੀਆ ਫੀਲ ਹੁੰਦਾ ਬੜਾ ਯੂਥ ਕੀ ਵਾ? ਬੜਾ ਅੱਛਾ ਮਿਲਦਾ ਕਿ ਇੰਨੇ ਅੱਛੇ ਜਿਹੜੇ ਕਲਾਕਾਰ ਨੇ ਸਾਡੇ ਇੱਧਰ ਰਾਮਕੋਟ ਦੇ, ਪੁਰਾਣੇ ਕਲਾਕਾਰ ਵੀ ਹਨ, ਨਵੇਂ ਕਲਾਕਾਰ ਵੀ ਹਨ, ਛੋਟੇ ਛੋਟੇ ਯੂਥ ਹੈ ਜਿਹੜਾ, ਇਹ ਇਸ ਵਾਰੀ ਅਸੀਂ ਸਪੈਸ਼ਲ ਛੋਟੇ ਬੱਚਿਆਂ ਦੇ ਵੀ ਸੀਨ ਕਰਾਏ, ਡੋਗਰੀ 'ਚ ਵੀ ਕਰਾਏ, ਅਤੇ ਬੜਾ ਅੱਛਾ ਲੱਗਿਆ ਉਹ ਸੀਨ ਦੇਖੀਏ, ਬੜਾ ਅੱਛਾ ਲੱਗਿਆ, ਅਤੇ ਸੀਨ ਜਿਹੜੇ ਕਰਨ ਵਾਲੇ ਵੀ ਬੜੇ ਅੱਛੇ ਕਲਾਕਾਰ ਨੇ ਸਾਡੇ ਕੋਲ। ਅੱਛਾ, ਮੈਂ ਇੱਕ ਗੱਲ ਸੁਣਾਵਾਂ, ਜਿਸ ਵੇਲੇ ਵੀ ਕੋਈ ਵੀ ਕਲੱਬ ਅਗਰ ਚਲਾਉਣੀ ਹੋਇਆ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਕਿ ਫਾਈਨੈਂਸ਼ੀਅਲੀ ਉੱਪਰ ਜਿਹੜਾ ਬੜਾ ਵੱਡਾ ਪ੍ਰੈਸ਼ਰ ਹੁੰਦਾ ਕਿ ਮਹਾਰਾਜ ਕਲੱਬ ਕੀ ਚਲਾਉਣ ਵਾਸਤੇ, ਖਰਚੇ ਵੀ ਹੁੰਦੇ ਆ ਅੱਗੇ ਪਿੱਛੇ, ਕਿਆ ਕਲੱਬ ਕੀ ਇਸ ਕਲੱਬ ਕੀ ਚਲਾਉਣ ਵਾਸਤੇ ਜਾਂ ਅੱਗੇ ਪਿੱਛੇ ਜਿਹੜੀਆਂ ਕਲੱਬਾਂ ਇਸ ਇਲਾਕੇ ਵਿੱਚ ਹਨ ਉਹਨੇ ਚਲਾਉਣ ਵਾਸਤੇ ਕਿਆ ਕੋਈ ਗੌਰਮੈਂਟ ਦੀ ਤਰਫੋਂ ਕੋਈ ਸਕੀਮ ਦੀ ਤਹਿਤ ਕੋਈ ਕੋਈ ਪੈਸਾ ਆਇਆ? ਨਹੀਂ ਨਹੀਂ, ਐਸੀ ਕੋਈ ਸਕੀਮ ਤਾਂ ਹੈ ਨਹੀਂ ਅੱਜ ਤੱਕ, ਤਾਂ ਇੱਥੇ ਮਿਲੀ ਨਹੀਂ ਹੈ, ਅੱਗੇ ਕੋਈ ਆਉਣੀ ਹੈ ਤਾਂ ਕੋਈ ਪਤਾ ਨਹੀਂ ਅੱਜ ਤੱਕ। ਮਗਰ ਐਸੀ ਵੀ ਨਹੀਂ ਹੈ ਕਿ ਫਾਈਨੈਂਸ਼ਲੀ, ਚਲੋ ਠੀਕ ਹੈ, ਕੋਈ ਚੀਜ਼ ਫਾਈਨੈਂਸ਼ਲੀ ਜ਼ਰੂਰਤ ਹੁੰਦੀ ਹੈ ਕਲੱਬ ਕੀ ਚਲਾਉਣ ਵਾਸਤੇ, ਮਗਰ ਕਲੱਬ ਕੀ ਚਲਾਉਣ ਵਾਸਤੇ ਫਾਈਨੈਂਸ਼ਲੀ ਕੋਲੋਂ ਜ਼ਿਆਦਾ ਮੈਂ ਆਖਣਾ ਕਿ ਜਿਤਨੇ ਆਪਣੇ ਆਰਟਿਸਟ ਵਧੀਆ ਹਨ, ਕੰਮ ਕਰਨ ਵਾਲੇ ਬੰਦੇ ਵਧੀਆ ਹਨ, ਤਾਂ ਉਹ ਰਾਮਲੀਲਾ ਇੱਕ ਐਸੀ ਚੀਜ਼ ਹੈ ਜਿਹੜੀ ਪਬਲਿਕ ਕਰਨਾ ਚਲਦੀ, ਦਰਸ਼ਕ ਵੀ ਹੋਣੇ ਚਾਹੀਦੇ ਔਰ ਆਰਟਿਸਟ ਵੀ ਹੋਣੇ ਚਾਹੀਦੇ। ਫਾਈਨੈਂਸ਼ਲੀ ਚਲੋ ਥੋੜ੍ਹਾ ਘੱਟ ਵੀ ਹੋ ਤਾਂ ਕੋਈ ਇਸ਼ੂ ਨਹੀਂ ਹੈ, ਮਗਰ ਬਾਕੀ ਚੀਜ਼ਾਂ ਇਹ ਚਾਹੀਦੀਆਂ, ਸਾਡੇ ਆਰਟਿਸਟ ਹੀ ਨਹੀਂ ਹੋਣ ਤਾਂ ਫਾਈਨੈਂਸ਼ਲੀ ਪੈਸਾ ਬੜਾ ਉਹ ਕਲੱਬ ਜੀ ਕੀ ਕਰਕੇ ਉਹ ਪੈਸਾ ਲਈਏ। ਅੱਛਾ, ਮੈਂ ਤੁਸ ਦੇਖੋ ਯੂਥ ਥੋੜ੍ਹਾ ਕੰਨਾ, ਮੈਂ ਇੱਕ ਆਖਰੀ ਕੁਸ਼ਚਨ ਪੁੱਛਣਾ ਕਿ ਕਲੱਬ ਜਿਹੜੀਆਂ ਲੋਕਲ ਡਿਸਟ੍ਰਿਕਟ ਕਠੂਆ ਦੀਆਂ ਜਾਂ ਜੰਮੂ ਦੀਆਂ ਕਲੱਬਾਂ ਹਨ,
अगर चलाने आस्ते जेके आर्टिस्ट होंदे या जेहड़े भी कलाकार इत्थे आंदे ने ते केई वारी ऐसा होंदा कि लड़ाई झगड़ा भी होंदा कोई ऐसे कलाकार भी होंदे कि अपने कोई घरे दियां परसनल लड़ाइयां ओह क्लबै विच अगर करदे होण जां फिर राम भगवान दा नां लेने पर आंदे होण कोई ऐसे शरारती तत्व भी होंदे इक रामा दल होंदा इक राक्षस दल भी होंदे ने कोई ऐसी कोई घटना कोई क्लबै विच तुसीं अज तक दिखी होवे उस बाहर भी असें अपने लोकल एरिया ते कोई दिखी नहीं है बाहर तो चलो पता नहीं है किसी दा मगर इत्थे अज तक ऐसा कोई नहीं होया क्योंकि प्रभु श्री राम दा खड़ा है उसी दिखी ऐसा चलना ओहदे पिछे ऐसा चलना ते ऐसा कोई अज तक ऐसा सुनया नहीं है हुण लास्ट के मांगे थोड़ी भला अगर थोड़ी गल पूरी डिस्ट्रिक्ट कठुआ दे जनता भी सुना दी है ते एडमिनिस्ट्रेशन दे ऑफिसर भी सुना डीसी साहब भी सुना दे ते बड़े बड़े दिग्गज नेता भी सुना दे ते तुस के मांग करना चाहते सर अज लास्ट ये साडा 8वां फेस्टिवल है सरकार की कोई भी मदद असें अज तक नहीं मिली हालांकि कल्चर अकैडमी वाले फैसटिवल कराते उन्हें को बढ़िया कराने वो पैसे देंगे अस फ्री कराने जी क्लबा भी आदि वह भी सारी अपने खर्चे पर आदि अस उन्हें सम्मानित करने खाली अपने खर्चे पर आदि हाँ असें भी कोई इनवाइट करता जी कठुए आए पिछले बार इनवाइट किया कोटे आए अस भी गए पूरा पार्टीसपेट किया इन्ना हारा करने पौंदा लेकिन अज तक गौरमेंट कोला कोई मदद नहीं मिली गौरमेंट को अस निवेदन करने आज जी साहब की जां कल्चर अकैडमी दे सैकटरी साहब भी कि क्लबें चलाने आस्तै रामला क्लब गी चलाने आस्तै भी साढ़ा एक कल्चर है इसी चलाने आस्तै भी क्लबें दी मदद जरूर करनी चाहिए शुक्रिया अक्टूबर 2022 अक्टूबर 2022 जिहड़ा साढ़ा पहला सीन है वो 8 बजे होना उहदे कोला पहला एक चांकी होनी है चांकी जी खत्म चांकी कि सर चांकी होनी है गणेश वंदना गणेश वंदना और साढ़े विशाल रैना पूरी करनी है कोई 7 मिनट भी पर जियां वो खत्म होग साढ़ा पहला सीन शुरू होई जाना कोई 8 बजे साढ़ा पहला सीन ठीक शुक्रिया सर दिक्खने आह्ली हुण एह गल है कि डिस्ट्रिक्ट कठुआ दी एडमिनिस्ट्रेशन और डिस्ट्रिक्ट कठुआ दे पोलिटिकल लीडर जिस वेले भी इक्को गल करदे जेका ओह टैलेंट भरना लेकिन ग्रां दा टैलेंट जेहड़ा जेल्लै शहरां विच पुजदा नहीं तां शहर आह्ले केह करदे उहदी कापी राइट करी ओड़दे नहीं फिर उन्हें नकल बना उड़ दियाँ फिर उन्हें नाटक बना उड़ते फिर उस पर फिल्म तैयार हो दिमाग वो तो होंगे ग्राई लोगों का होंगे लेकिन इस्तेमाल कौन करते शहर के लोग तो मैं फिर भी एल जी साहब अगर रिक्वेस्ट करना कि जिन्हें भी क्लबा है नी तो इन्हें क्लबें के बारे जरूर कोई ना कोई फंड राष्ट्रीय डिस्ट्रिक्ट कठुआ के जेडे भी क्लब हैं नी तो इन्हें क्लबें के बारे भी जरूर सोचना जरूरी नहीं है क्योंकि अगर ग्रां का एक मुखी है या DDC या BDC बनी दा या कोई डिस्ट्रिक्ट का ऑफिसर बनी दा नहीं तो नुहाड़े अलग ही सिर्फ पब्लिक नहीं होंदी है नुहाड़े अलग ही एक पेड़ पौधा हले ही है तो जानवर तकर तो आम इंसान हले ही है तो पूरा इलाका